ਮਾਂ ਦਾ ਦਰਜਾ ਅਤੇ ਮਾਂ ਦਾ ਰਿਸ਼ਤਾ ਸੰਸਾਰ ਦੇ ਸਭ ਰਿਸ਼ਤਿਆਂ ਤੋਂ ਉੱਚਾ ਹੁੰਦਾ ਹੈ। ਮਾਂ ਦੇ ਪਿਆਰ ਤੋਂ ਸੱਖਣੀ ਮਨੁੱਖ ਦੀ ਜ਼ਿੰਦਗੀ ਨਾ ਮਾਤਰ ਹੁੰਦੀ ਹੈ ਅਤੇ ਮਾਂ ਵਾਲੇ ਸਾਰੇ ਹੀ ਗੁਣਾਂ ਨਾਲ ਭਰਪੂਰ ਸਨ। ਮਾਤਾ ਗੁਰਦਿਆਲ ਕੌਰ ਜੀ, ਮਾਤਾ ਗੁਰਦਿਆਲ ਕੌਰ ਜੀ ਇੱਕ ਬਹੁਤ ਹੀ ਚੰਗੇ ਅਤੇ ਸੰਸਕਾਰੀ ਔਰਤ ਸਨ। ਆਪ ਜੀ ਦਾ ਪਰਮਾਤਮਾ ਵਿੱਚ ਬਹੁਤ ਹੀ ਗਹਿਰਾ ਵਿਸ਼ਵਾਸ ਸੀ। ਆਪ ਜੀ ਨੇ ਆਪਣੇ ਬੱਚਿਆਂ ਨੂੰ ਵੀ ਆਪਣੇ ਹੀ ਅਪਣਾਏ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ, ਜਿਸ ਦੀ ਬਦੌਲਤ ਅੱਜ ਆਪ ਜੀ ਦੇ ਬੱਚੇ ਬਹੁਤ ਹੀ ਨੇਕ ਹਨ, ਸੰਸਕਾਰੀ ਹਨ ਅਤੇ ਸਮਾਜ ਵਿੱਚ ਸ਼ਲਾਘਾਯੋਗ ਸਥਾਨ ਰੱਖਦੇ ਹਨ। ਸਭ ਤੋਂ ਵੱਡੀ ਗੱਲ, ਆਪ ਜੀ ਦੇ ਬੱਚੇ ਆਪਣੇ ਆਪਣੇ ਖੇਤਰਾਂ ਵਿੱਚ ਆਪਣੀ ਮਾਤਾ ਜੀ ਦੇ ਨਾਮ ਨੂੰ ਉੱਚਿਆਂ ਚੁੱਕ ਰਹੇ ਹਨ। ਆਪ ਜੀ ਦੇ ਛੋਟੇ ਬੇਟੇ ਸਰਦਾਰ ਬਲਵਿੰਦਰ ਸਿੰਘ ਸੰਧੂ ਰਾਣੀ ਵਾਲਾ ਤਰਨ ਤਾਰਨ ਵਿਖੇ ਸ਼ਾਹ ਹਰਬੰਸ ਸਿੰਘ ਸੀਨੀਅਰ ਸੈਕੰਡਰੀ ਸਕੂਲ ਸਫਲਤਾ ਪੂਰਵਕ ਚਲਾ ਰਹੇ ਹਨ। ਮਾਤਾ ਗੁਰਦਿਆਲ ਕੌਰ ਜੀ ਬਹੁਤ ਹੀ ਹਸਮੁਖ ਸੁਭਾਅ ਦੇ ਮਾਲਕ ਸਨ। ਹਮੇਸ਼ਾ ਹੀ ਹਰ ਇੱਕ ਨੂੰ ਖਿੜੇ ਮੱਥੇ ਮਿਲਦੇ ਸਨ। ਆਪ ਜੀ ਗਰੀਬਾਂ ਅਤੇ ਦੀਨ ਦੁਖੀਆਂ ਦੇ ਮਸੀਹਾ ਸਨ। ਮੌਜੂਦਾ ਸਮੇਂ ਵਿੱਚ ਆਪ ਜੀ ਦੇ ਨਕਸ਼ੇ ਕਦਮਾਂ ਤੇ ਆਪ ਜੀ ਦਾ ਸਮੁੱਚਾ ਪਰਿਵਾਰ ਚੱਲ ਰਿਹਾ ਹੈ ਅਤੇ ਆਪ ਜੀ ਦੇ ਨਾਮ ਨੂੰ ਉੱਚਿਆਂ ਚੁੱਕ ਰਿਹਾ ਹੈ। Thank you.
ਕਿਸੇ ਨੂੰ ਮੰਦਾ ਕਹਿ ਕੇ ਝਗੜਾ ਹੀ ਪਾਉਣਾ ਨਾ, ਮੰਦਾ ਕਿਸੇ ਨਾਲ ਆਪ ਝਗੜਾ ਪਾਉਣਾ। ਤੋ ਰੱਬੀ ਪਿਆਰ ਵਾਲੇ ਬੰਦੇ ਜਿਨ੍ਹਾਂ ਨੂੰ ਸਮਝ ਆਈ, ਉਹ ਬੰਦੇ ਕਦੇ ਹੰਕਾਰ ਦਾ ਵਚਨ ਨਹੀਂ ਕਰਦੇ, ਕਦੇ ਕਿਸੇ ਨੂੰ ਮੰਦਾ ਕਹਿ ਕੇ ਝਗੜੇ ਨਹੀਂ ਸਹਿੜਦੇ, ਔਰ ਮੂਰਖਾਂ ਨਾਲ ਕਦੇ ਬਹਿਸ ਨਹੀਂ ਕਰਦੇ। ਜਿਸ ਮਨੁੱਖ ਨੂੰ ਇਹ ਗੱਲ ਸਮਝ ਆ ਗਈ ਕਿ ਜਗਤ ਵਿੱਚ ਸਦਾ ਰਹਿਣਾ ਨਹੀਂ ਜਾਂ ਰਹਿਣਾ ਨਹੀਂ ਐਤ ਜਗ, ਤਾਂ ਕਾਇਤ ਗਾਰ ਬਹਨ ਲਈਏ, ਮੰਦਾ ਕਿਸੇ ਨਾ ਆਖੀਏ, ਪੜ ਅੱਖਰ ਇਹੋ ਬੁੱਝੀਏ, ਮੂਰਖੇ ਨਾਲ ਨਾ ਲੁੱਝੀਏ। ਇਹ ਆਸਾ ਦੀਵਾਰ ਵਿੱਚ ਗੁਰੂ ਨਾਨਕ ਦੇ ਬਚਨ ਹੈ। ਇਸ ਮੌਕੇ ਤੇ ਸਮੂਹ ਸੰਗਤਾਂ ਵੱਲੋਂ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਸਾਹਿਬ ਸਰਵਣ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਵੱਲੋਂ ਆਈਆਂ ਹੋਈਆਂ ਸਮੂਹ ਸ਼ਖਸੀਅਤਾਂ ਦਾ ਅਤੇ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ। ਜੋ ਉਹਨਾਂ ਨੇ ਸੇਵਾਵਾਂ ਇਸ ਗੁਰੂ ਸਥਾਨ ਤੇ ਕੀਤੀਆਂ ਹਨ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਹੈ, ਸਰਦਾਰ ਅਜੀਤ ਸਿੰਘ ਜੀ ਸੰਧੂ, ਮਾਤਾ ਗੁਰਦਿਆਲ ਕੌਰ ਜੀ ਸੰਧੂ ਅਤੇ ਉਹਨਾਂ ਦੇ ਬੇਟੇ ਸਰਦਾਰ ਮਨਮੋਹਨ ਸਿੰਘ ਜੀ ਸੰਧੂ, ਜਿਨ੍ਹਾਂ ਨੇ ਉਹਨਾਂ ਦੀਆਂ ਪ੍ਰੇਰਨਾ ਸਦਕਾ, ਉਹਨਾਂ ਦੇ ਦਿੱਤੇ ਹੋਏ ਸੰਸਕਾਰ ਦੇ ਸਦਕਾ ਇਸ ਸਥਾਨ ਤੇ ਸੇਵਾ ਨਿਭਾਈ ਵੀ ਹੈ, ਅੱਗੇ ਨਿਭਾ ਵੀ ਰਹੇ ਹਨ। ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਵੀ ਉਹ ਆਪਣਾ ਇਸ ਵਕਤ ਵੀ ਸਹਿਯੋਗ ਕਰ ਰਹੇ ਹਨ। ਹੋਰ ਵੀ ਜੋ ਕਾਰਜ ਹਨ ਗੁਰੂ ਘਰ ਦੇ, ਉਹਨਾਂ ਦੇ ਵਿੱਚ ਉਹ ਵੱਧ ਚੜ ਕੇ ਜੋ ਆਪਣਾ ਯੋਗਦਾਨ ਸਹਿਯੋਗ ਦੇ ਰਹੇ ਹਨ। ਅੱਗੋਂ ਜੋ ਉਹਨਾਂ ਦੇ ਬੱਚੇ ਹਨ, ਸਤਿਗੁਰੂ ਜੀ ਉਹਨਾਂ ਤੇ ਵੀ ਕਿਰਪਾ ਕਰਨ, ਬਖਸ਼ਿਸ਼ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ। ਸੋ ਜਿੰਨੀ ਵੀ ਸੰਗਤ ਆਈ ਹੈ, ਜਿੰਨੇ ਵੀ ਸੱਜਣ ਦੂਰੋਂ ਨੇੜਿਓਂ ਚੱਲ ਕੇ ਰਿਸ਼ਤੇਦਾਰ ਸਾਫ ਸੰਬੰਧੀ ਪਹੁੰਚੇ ਹਨ, ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਇਸ ਸਥਾਨ ਦੀ ਮੌਜੂਦਾ ਸਮੂਹ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ ਸਰਦਾਰ ਅਜੀਤ ਸਿੰਘ ਜੀ ਸੇਠੀ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦੀ ਪ੍ਰਬੰਧਕ ਕਮੇਟੀ ਗੁਰਦੁਆਰਾ ਸੈਂਟਰਲ ਟਾਊਨ ਤੋਂ ਅਤੇ ਗੁਰਦੁਆਰਾ ਅਜੀਤ ਨਗਰ ਤੋਂ ਜੋ ਉੱਥੋਂ ਦੀਆਂ ਪ੍ਰਬੰਧਕ ਕਮੇਟੀਆਂ ਵੀ ਪਹੁੰਚੀਆਂ ਹਨ, ਹੋਰ ਜਿਨ੍ਹਾਂ ਦੇ ਮੇਰੇ ਕੋਲ ਅਜੇ ਨਾਮ ਨਹੀਂ ਆਏ, ਸਾਰਿਆਂ ਵੱਲੋਂ ਹੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਜਾਂਦੀ ਹੈ, ਪਰਿਵਾਰ ਨਾਲ ਸਨੇਹ ਪ੍ਰਗਟ ਕੀਤਾ ਜਾਂਦਾ ਹੈ। ਗੁਰੂ ਚਰਨਾਂ ਵਿੱਚ ਇਹੀ ਅਰਦਾਸ ਬੇਨਤੀ ਹੈ, ਸਤਿਗੁਰੂ ਜੀ ਕਿਰਪਾ ਕਰਨ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅਤੇ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ। ਸੋ ਗੁਰੂ ਘਰ ਵੱਲੋਂ ਸਰੋਪੇ ਦੀ ਬਖਸ਼ਿਸ਼ ਕੀਤੀ ਜਾਵੇਗੀ। ਮੈਂ ਬੇਨਤੀ ਕਰਾਂਗਾ ਪ੍ਰਧਾਨ ਸਾਹਿਬ ਸਰਦਾਰ ਅਜੀਤ ਸਿੰਘ ਜੀ ਸੇਠੀ ਅਤੇ ਤਿੰਨਾਂ ਦੀ ਸਮੂਹ ਪ੍ਰਬੰਧਕ ਕਮੇਟੀ ਨੂੰ, ਉਹ ਆ ਜਾਣ ਗੁਰੂ ਘਰ ਵੱਲੋਂ ਸਰੋਪੇ ਦੀ ਬਖਸ਼ਿਸ਼ ਕਰਨ। ਬੇਨਤੀ ਕਰਾਂਗਾ ਸਰਦਾਰ ਮਨਮੋਹਨ ਸਿੰਘ ਜੀ ਸੰਧੂ, ਸਰਦਾਰ ਭੁਪਿੰਦਰ ਸਿੰਘ ਜੀ ਸੰਧੂ, ਸਰਦਾਰ ਕੁਲਵਿੰਦਰ ਸਿੰਘ ਜੀ ਸੰਧੂ ਅਤੇ ਸਰਦਾਰ ਰਣਜੀਤ ਸਿੰਘ ਜੀ, ਚਾਰੋ ਵੀ ਰਾਜਨ ਜੀ, ਬੋਲੇ ਸੋਹਣੇ